ਹੈਲੋ ਗਾਇਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਮਨਿੰਦਰ ਗਿੱਲ ਦੀ ਨਵੀਂ ਫਿਲਮ ਰਿਲੀਜ਼ ਹੋਈ ਦਾਰੂ ਨਾ ਪੀਂਦਾ ਹੋਵੇ ਦੀ ਕਲੈਕਸ਼ਨ ਦੇ ਬਾਰੇ ਫਿਲਮ ਨੇ ਜੋ ਹੈ ਕਿੰਨੀ ਕਲੈਕਸ਼ਨ ਕਰ ਲਈ ਹੈ ਫਿਲਹਾਲ ਇਹ ਫਿਲਮ ਦੀ ওভারਸੀਜ਼ ਕਲੈਕਸ਼ਨ ਆਊਟ ਨਹੀਂ ਹੋਈ ਦੱਸ ਦੇਣਾ ਦੀ ਸਿਰਫ ਆਪਣੇ ਕੋਲੇ ਇੰਡੀਆ ਦੀ ਕਲੈਕਸ਼ਨ ਹੀ ਹੈ ਬਜਟ ਵੀ ਦੱਸਾਂਗੇ ਕਿੰਨਾ ਹੈ ਫਿਲਮ ਦਾ ਚਲੋ ਸ਼ੁਰੂ ਕਰਦੇ ਹਾਂ ਮਾਣ ਕਿਸੇ ਦੇਰੀ ਤੇ ਇਹ ਫਿਲਮ ਦੇ ਵਿੱਚ ਮਨਿੰਦਰ ਗਿੱਲ ਦੇ ਨਾਲ ਜ਼ਾਫਰੀ ਖਾਨ ਦੇਕਰੋਂ ਮਿਲਣਗੇ ਫਿਲਮ ਇੱਕ ਜੋ ਹੈ ਆਪਾਂ ਨੂੰ ਇਮੋਸ਼ਨਲ ਵੀ ਕਰਕੇ ਜਾਊਗੀ ਕਾਮੇਡੀ ਵੀ ਹੈ ਥੋੜੀ-ਬਹੁਤੀ ਫਿਲਮ ਦੀ ਰੇਟਿੰਗ ਹੈ ਆਈ ਐਮ ਡੀ ਬੀ ਦੇ ਉੱਤੇ 9 ਫਿਲਮ ਨੂੰ 1.6 ਕੇ ਲੋਕਾਂ ਨੇ ਵੋਟ ਕੀਤਾ ਹੈ ਫਿਰ ਵੀ ਇਹ ਫਿਲਮ ਦੀ 89 ਸਟਾਰ ਦੀ ਹੈ ਫਿਲਮ ਦੇ ਡਾਇਰੈਕਟਰ ਨੇ ਰਾਜੀਵ ਟਿੰਗਰਾ ਫਿਲਮ ਦਾ ਬਜਟ ਹੈ 7 ਕਰੋੜ ਦਾ ਫਿਲਮ ਨੇ 10 ਦਿਨਾਂ ਦੇ ਵਿੱਚ ਇੰਡੀਆ ਕਲੈਕਸ਼ਨ ਕੀਤੀ ਹੈ 3 0.59 ਕਰੋੜ ਦੀ ਇੰਡੀਆ ਦੇ ਵਿੱਚ ਹੁਣ ਜੇ ਦੇਖਿਆ ਜਾਵੇ ਇੰਡੀਆ ਦੇ ਵਿੱਚ ਫਿਲਮ ਨੇ 10 ਦਿਨਾਂ ਦੇ ਵਿੱਚ ਇੰਨੀ ਕਲੈਕਸ਼ਨ ਕੀਤੀ ਹੈ ਤੇ ਬਹੁਤ ਹੀ ਜ਼ਿਆਦਾ ਘੱਟ ਕਲੈਕਸ਼ਨ ਹੈ ਬਟ ਓਵਰ ਸੀਜ਼ ਦੇ ਵਿੱਚ ਮਨਿੰਦਰ ਗਿੱਲ ਦੀ ਕਾਫੀ ਜ਼ਿਆਦਾ ਵਧੀਆ ਪੋਪੂਲੈਰਿਟੀ ਹੈ ਸੋ ਦੇਖਿਆ ਜਾਵੇ ਅਸਟੀਮੇਟਡ 5-6 ਕਰੋੜ ਦਾ ਅੰਕੜਾ ਇਹ ਫਿਲਮ ਨੇ 10 ਦਿਨਾਂ ਦੇ ਵਿੱਚ ਓਵਰ ਸੀਜ਼ ਦੇ ਵਿੱਚੋਂ ਕੀਤਾ ਹੋਣਾ ਅਸਟੀਮੇਟਡ ਜੋ ਕਿ ਹਜੇ ਆਊਟ ਨਹੀਂ ਹੋਈ ਤੇ ਆਉਣ ਵਾਲੇ ਦਿਨ ਦੇ ਵਿੱਚ ਉਹ ਵੀ ਆਊਟ ਹੋ ਚੁੱਕੀ ਬਟ ਇਹ ਫਿਲਮ ਆਪਣਾ ਜੋ ਹੈ ਰਿਕਵਰ ਤਾਂ ਕਰ ਹੀ ਜਾਊਗੀ ਬਜਟ ਜੋ ਕਿ ਹੈ 7 ਕਰੋੜ ਦਾ ਬਟ ਫਿਰ ਵੀ ਇਹ ਫਿਲਮ ਐਵਰੇਜ ਜਾਂ ਹਿੱਟ ਹੀ ਰਹੂਗੀ ਇਹ ਫਿਲਮ ਦੀ ਲੱਗਦਾ ਹੈ ਲਫਟਾਈਮ ਕਲੈਕਸ਼ਨ 10 ਤੋਂ 20 ਕਰੋੜ ਦੇ ਵਿੱਚ ਦੀ ਹੋਊਗੀ ਇਸ ਤੋਂ ਜ਼ਿਆਦਾ ਨਹੀਂ ਫਿਲਮ ਦੀ ਕਲੈਕਸ਼ਨ ਜਾਂਦੀ लास्ट ਮਨਿੰਦਰ ਗਿੱਲ ਦੀ ਫਿਲਮ ਸੀਗੀ ਐਜ਼ ਅ ਲੀਡ ਐਕਟਰ ਸੱਲਾ ਮੜ ਕੇ ਨਹੀਂ ਆ ਜੋ ਕਿ 2022 ਦੇ ਵੇ ਦੇਖਣ ਨੂੰ ਮਿਲੇ ਸੀ 2 ਸਾਲ ਪਹਿਲਾਂ ਜੀ ਤਾਂ ਬੈਟ ਸੀ 11 ਕਰੋੜ ਦਾ ਫਿਲਮ ਨੂੰ ਡਾਇਰੈਕਟਰ ਵੀ ਖੁਦ ਮਨਿੰਦਰ ਗਿੱਲ ਨੇ ਕੀਤਾ ਸੀ ਫਿਲਮ ਦੇ ਵਿੱਚ ਮਨਿੰਦਰ ਗਿੱਲ ਦੇ ਨਾਲ ਆਪਾਂ ਨੂੰ ਸਰਗੁਣ ਮਹਿਤਾ ਕਰਮਜੀਤਨ ਮੋੜ ਬਲੌਂਟਨ ਦੇਖਣ ਨੂੰ ਮਿਲੇ ਸੀ ਕਿ ਫਿਲਮ ਦੀ ਇੰਡੀਆ ਕਲੈਕਸ਼ਨ ਸੀਗੀ 14.41 ਕਰੋੜ ਦੀ ਓਵਰ ਸੀਜ਼ ਕਲੈਕਸ਼ਨ ਸੀ 20.7 4 ਕਰੋੜ ਦੀ ਤੇ ਵਰਲਡਵਾਈਡ ਗ੍ਰੋਸ ਕਲੈਕਸ਼ਨ ਸੀ 35.15 ਕਰੋੜ ਦੀ ਤੇ ਫਿਲਮ ਦੀ ਵਰਡਿਕ ਸੀ ਜੀ ਸੁਪਰ ਹਿੱਟ ਦੀ ਬਟ ਫਿਲਮ ਦੇ ਕ੍ਰਿਟਿਕਸ ਨੇ ਫਿਲਮ ਨੂੰ ਬੈਡ ਫਿਲਮ ਦੱਸਿਆ ਸੀ ਪੰਜ ਵਿੱਚੋਂ ਸਿਰਫ 2 ਸਟਾਰ ਦੀ ਰੇਟਿੰਗ ਦਿੱਤੀ ਸੀ ਮੈਂ ਤਾਂ ਇਹ ਫਿਲਮ ਦੇਖੀ ਨਹੀਂ ਸੋ ਮੈਂ ਕੁਝ ਨਹੀਂ ਦੱਸ ਸਕਦਾ ਇਸ ਚੀਜ਼ ਦੇ ਬਾਰੇ ਆਈਐਮਡੀਬੀ ਰੇਟਿੰਗ ਸੀ ਕਿ ਫਿਲਮ ਦੀ 7.7 ਸਟਾਰ ਦੀ ਤੇ ਛੱਲਾ ਮੜ ਕੇ ਨਹੀਂ ਆਇਆ ਫਿਲਮ 15 ਸਭ ਤੋਂ ਜ਼ਿਆਦਾ ਕਮਾਉਣ ਵਾਲੀ ਪੰਜਾਬੀ ਫਿਲਮ ਵੀ ਹੈ ਹੁਣ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਤੁਸੀਂ ਜੇਕਰ दारू ਨਾ ਪੀਂਦਾ ਹੋਵੇ ਫਿਲਮ ਦੇਖੀ ਹੈ ਤੁਹਾਨੂੰ ਕਿਦਾਂ ਲੱਗੀ ਮਿਲਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਰੱਬ ਰੱਖਾ